ਅਸਲਾਮ ਵਾਲੇਕੁਮ ਜੀ ਸੱਜਣੋ ਮਿੱਤਰੋ ਵੇਲੀਓ ਜੀਂਦੇ ਤੇ ਵਸਦੇ ਰਹੋ ਮੈਂ ਤੁਹਾਡਾ ਦੋਸਤ ਐਮ ਸਈਦ ਮਲਕ ਤੇ ਤੁਸੀਂ ਵੇਖਦੇ ਹੋ ਪਟਾਕਾ ਚੈਨਲ ਜੀ ਸੱਜਣੋ ਮਿੱਤਰੋ ਵੇਲੀਓ ਅੱਜ ਹੋ ਗਈ ਹੈ ਬੜੀ ਜ਼ਿਆਦਤੀ ਤੇ ਜ਼ੁਲਮ ਤੇ ਔਰ ਬੇਇੱਜ਼ਤੀ ਤੇ ਇੰਤਹਾ ਦੀ ਹੋ ਗਈ ਮੈਂ ਜਨਾਬ ਦੱਸ ਨਹੀਂ ਸਕਦਾ ਤੁਹਾਨੂੰ ਇਹ ਭਲਾ ਹੋਵੇ ਜਨਾਬ ਮਲਕ ਹਮਜ਼ਾ ਦਾ ਅਤੇ ਖੁਰਮ ਸ਼ਜ਼ਾਦ ਦਾ ਇਹਨਾਂ ਦੇ ਚਾਚੇ ਦੇ ਘਰੋਂ ਖਾਧੀ ਹੈ ਰੋਟੀ ਅਤੇ ਕੁਝ ਥੋੜ੍ਹਾ ਫਰਕ ਪਿਆ ਸਕੂਨ ਆਇਆ ਅਤੇ ਇਹਨਾਂ ਦੀ ਆਂਟੀ ਜਿਹੜੇ ਚਾਚੀ ਨੇ ਉਹ ਵੇਖੋ ਜੀ ਇਹ ਦਿੰਦੀ ਆਖਦੇ ਨੇ ਅਤੇ ਅਸੀਂ ਤਾਂ ਆਪਣੇ ਵੇਲੇ ਚਾਚੀ ਆਖਦੇ ਸਾਂ ਇਹਨਾਂ ਦੀ ਚਾਚੀ ਨੇ ਮਨੋ ਮਿੱਠੀ ਚੀਜ਼ ਖੀਰ ਬਣਾ ਦਿੱਤੀ ਹੈ ਉਹ ਚੁੱਕੇ ਮਾਰਾ ਖਾ ਕੇ ਮੇਰੇ ਜਨਾਬ ਇਹ ਸੈਡ ਸਾਰੀ ਹੁੰਦੀ ਪੀੜ ਅਤੇ ਰੋਟੀ ਤਾਂ ਮੈਂ ਔਖੇ ਸੁੱਕੇ ਖਾ ਗਿਆ ਅਤੇ ਉਹਨਾਂ ਖਵਾਈਏ ਖੀਰ ਅਤੇ ਬੜਾ ਮਜ਼ਾ ਆਇਆ ਭਲਾ ਹੋਵੇ ਜਨਾਬ ਇਹਨਾਂ ਦੀ ਚਾਚੀ ਦਾ ਉਹ ਬਲਕਿ ਇਹ ਤਾਂ ਜਨਾਬ ਆਉਂਦੇ ਨੇ ਆਂਟੀ ਲੋ ਤੂੰ ਇੱਕ ਗੱਲ ਹੋਰ ਯਾਦ ਆ ਗਈ ਸੱਜਣੋ ਮਿੱਤਰੋ ਵੇਲੀਓ ਉਹ ਵੇਲਾ ਜਨਾਬ ਸਾਡੇ ਨਿੱਕਿਆਂ ਹੁੰਦਿਆਂ ਦਾ ਚੰਗਾ ਹੁੰਦਾ ਹੀ ਆ ਅਸੀਂ ਚਾਚੀ ਨੂੰ ਚਾਚੀ ਆਖਣਾ ਮਾਮੀ ਨੂੰ ਮਾਮੀ ਆਖਣਾ ਫੁੱਫੀ ਨੂੰ ਫੁੱਫੀ ਆਖਣਾ ਖਾਲਾ ਨੂੰ ਖਾਲਾ ਆਖਣਾ ਬਲਕਿ ਖਾਲਾ ਨੂੰ ਮਾਸੀ ਆਖਣਾ ਮਾਸੀ ਜਿਹੜੀ ਹੁੰਦੀ ਜੀ ਮਾਸੀ ਮਾਂ ਹਰ ਹੁੰਦੀ ਬਿਲਕੁਲ ਅਤੇ ਜੋ ਡਰ ਹੋਣਾ ਨਾ ਮਾਂ ਦਾ ਉਹ ਡਰ ਹੋਣਾ ਜਨਾਬ ਖਾਲਾ ਦਾ ਅਤੇ ਜੇ ਕਿਧਰੇ ਮਾਂ ਹੋਰਾਂ ਜਾਣਾ ਨਾ ਕਿਧਰੇ ਵਾਂਢੇ ਕੋਈ ਦੋ ਚਾਰ ਦਿਨਾਂ ਉੱਤੇ ਅਤੇ ਖਾਲਾ ਦੀ ਲਾ ਦੇਣਾ ਡਿਊਟੀ ਅਤੇ ਖਾਲਾ ਨੇ ਵੀ ਉਹਨੇ ਜਨਾਬ ਕੇਅਰ ਕਰਨੀ ਜਿਵੇਂ ਆਪਣੇ ਬੱਚਿਆਂ ਦੀ ਕਰਨੀ ਹੈ ਅਤੇ ਉਹ ਸਾਰੇ ਬੱਚਿਆਂ ਨੂੰ ਸਾਨੂੰ ਜਾਂ ਬਲਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਖਾਲਾ ਨੇ ਵੀ ਉਹਨੇ ਕੇਅਰ ਕਰਨੀ ਅਤੇ ਉਹਨੇ ਡਰ ਹੋਣਾ ਅਤੇ ਹੁਣ ਜਨਾਬ ਅੱਜ ਕੱਲ੍ਹ ਮਾਡਰਨ ਦੌਰ ਹੈ ਇਹ ਵੇਖੋ ਨਾ ਜੀ ਬੱਚੇ ਅੱਜ ਕੱਲ੍ਹ ਦੇ ਵੇਖੀ ਤੇ ਸਾਡੇ ਆ ਵੇਖੋ ਨਾ ਜੀ ਮਲਕ ਹਮਜ਼ਾ ਆ ਰਹੀ ਤਾਂ ਖੁਦ ਸ਼ਿਦਾਦ ਆ ਰਹੀ ਇਹਨਾਂ ਜਨਾਬ ਚਾਚੀ ਨੂੰ ਆਂਟੀ ਜਿਵੇਂ ਮੂਲੀਆਂ ਗਾਜਰਾਂ ਨਹੀਂ ਹੁੰਦੀਆਂ ਜੀ ਇੱਕੋ ਹੀ ਭਾਅ ਸਾਰਾ ਗਾਜਰ ਖੋਤੇ ਘੋੜੇ ਜਿਵੇਂ ਹੁੰਦੇ ਨੇ ਤਾਂ ਇਹ ਹਿਸਾਬ ਕਰ ਦਿੱਤਾ ਜਨਾਬ ਚਾਚੀ ਨੂੰ ਵੀ ਆਂਟੀ ਫੁੱਫੀ ਨੂੰ ਵੀ ਆਂਟੀ ਮਾਮੀ ਨੂੰ ਵੀ ਆਂਟੀ ਖਾਲਾ ਨੂੰ ਵੀ ਆਂਟੀ ਅਤੇ ਜੇ ਕੋਈ ਰਾਹ ਲੰਘਦੀ ਜਨਾਨੀ ਹੋਣੀ ਤਾਂ ਉਹ ਵੀ ਜਨਾਬ ਆਂਟੀ ਲਓ ਜਨਾਬ ਕੋਈ ਸਾਥ ਹੀ ਨਹੀਂ ਰਿਹਾ ਕੋਈ ਕਦਰ ਹੀ ਨਹੀਂ ਰਿਸ਼ਤਿਆਂ ਦੀ ਤਾਂ ਜਨਾਬ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਆਪਣਾ ਜਨਾਬ ਰਿਸ਼ਤਿਆਂ ਦੀ ਕਰੋ ਕਦਰ ਅਤੇ ਪੁਰਾਣੇ ਵਕਤ ਹੈ ਕਈ ਬੰਦਿਆਂ ਦੀ ਪੁਰਾਣਾ ਵਕਤ ਜਨਾਬ ਉਹ ਨਹੀਂ ਰਿਹਾ ਹੁਣ ਨਵਾਂ ਆ ਗਿਆ ਉਹ ਭੈਣੇ ਉਹ ਵਕਤ ਜਿਹੜਾ ਉਹ ਹੀ ਰਹਿੰਦਾ ਰਿਸ਼ਤਿਆਂ ਦੀ ਜਿਹੜਾ ਨਾ ਅਹਿਸਾਸ ਉਹ ਨਹੀਂ ਖਤਮ ਹੋਣਾ ਚਾਹੀਦਾ ਕਦਰ ਕਰਨੀ ਚਾਹੀਦੀ ਹੈ ਅਤੇ ਲਓ ਸੱਜਣੋ ਮਿੱਤਰੋ ਬਿਲਿਓ ਜਿਹੜੀ ਮੈਂ ਸੁਣਾਉਣ ਲੱਗਾ ਨਾ ਗੱਲ ਉਹ ਰਹਿ ਗਈ ਵਿੱਚ ਉਹ ਤੁਹਾਨੂੰ ਸੁਣਾਵਾਂ ਉਹ ਜਨਾਬ ਮੇਰੇ ਨਾਲ ਕੀ ਮਸਲਾ ਬਣਿਆ ਕਿ ਮਨੂੰ ਜਨਾਬ ਆਪਣੇ ਭਾਅ ਜੀ ਮਰੀਰ ਮੁਰਾਦ ਸਾਹਿਬ ਨੇ ਵੇਚਿਆ ਲਾਹੌਰ ਕੁਝ ਸਮਾਨ ਲੈਣ ਉਹ ਮੈਂ ਜਨਾਬ ਸਮਾਨ ਲੈ ਕੇ ਨਿਕਲਿਆ ਤਾਂ ਮੇਰੇ ਕੋਲ ਹੋ ਗਏ ਦੋ ਬੈਗ ਇੱਕ ਪਾਇਆ ਖੱਬੇ ਮੋਢੇ ਅਤੇ ਇੱਕ ਸੱਜੇ ਮੋਢੇ ਅਤੇ ਮੈਂ ਕਿਹਾ ਚੱਲ ਓ ਜਵਾਨਾ ਅੱਜ ਚੱਲੀਏ ਟ੍ਰੇਨ 'ਤੇ ਵਾਹਵਾ ਦੇਰ ਹੋ ਗਈ ਟ੍ਰੇਨ ਦਾ ਸਫ਼ਰ ਨਹੀਂ ਕੀਤਾ ਅਤੇ ਮੈਂ ਜਨਾਬ ਟ੍ਰੇਨ 'ਚ ਗਿਆ ਅਤੇ ਵੇਖਿਆ ਕੀ ਕਿ ਜਨਾਬ ਟ੍ਰੇਨ 'ਤੇ ਭਰੀ ਭਰੀ ਅਗਲੇ ਡੱਬੇ 'ਚ ਮੈਂ ਜਨਾਬ ਗਿਆ ਅਤੇ ਬੜਾ ਉਹਦੇ 'ਚ ਰਸ਼ ਫਿਰ ਉੱਥੋਂ ਮੈਂ ਜਨਾਬ ਪਿੱਛੇ ਗਿਆ ਉਹ ਚੂੰਕਿ ਸੱਜਣੋ ਮਿੱਤਰੋ ਈਦ ਹੋਈ ਹੈ ਨਾ ਖਤਮ ਨਵੀਂ ਨਵੀਂ ਅਤੇ ਲੋਕ ਜਾ ਰਹੇ ਨੇ ਘਰਾਂ ਨੂੰ ਵਾਪਸ ਅਤੇ ਜਿਹੜੇ ਘਰਾਂ 'ਚ ਆਏ ਸਨ ਉਹ ਜਾ ਰਹੇ ਨੇ ਕੰਮਾਂ ਕਾਜਾਂ ਦੇ ਅਤੇ ਜਨਾਬ ਬੜਾ ਰਸ਼ ਅਤੇ ਮੈਂ ਜਨਾਬ ਟੁਰਦਾ ਟੁਰਦਾ ਫਿਰ ਇੱਕ ਹੋਰ ਬੜਾ ਕੰਮ ਜਨਾਬ ਇਹ ਲੋਕਾਂ ਲਈ ਜਨਾਬ ਦਰਵਾਜ਼ੇ ਬੰਦ ਕਰ ਰਹੇ ਟ੍ਰੇਨ ਦਾ ਜਿਹੜਾ ਹੁੰਦਾ ਜਿੱਥੋਂ ਅੰਦਰ ਐਂਟਰ ਹੋਈਦਾ ਉਹ ਦਰਵਾਜ਼ੇ ਬੰਦ ਕਰਕੇ ਕੁੰਡੀਆਂ ਲਾ ਛੱਡੀਆਂ ਜਨਾਬ ਉਹ ਮੈਂ ਟੁਰਦਾ ਟੁਰਦਾ ਟੁਰ ਗਿਆ ਜਨਾਬ ਆਖਰੀ ਡੱਬੇ ਆਹਰੀ ਡੱਬਾ ਤਾਂ ਦਰਵਾਜ਼ਾ ਤਾਂ ਖੁੱਲ੍ਹਾ ਹੈ ਲੇਕਿਨ ਬੜਾ ਰਸ਼ ਜਨਾਬ ਪੈਰ ਧਰਨ ਨੂੰ ਜਗ੍ਹਾ ਕੋਈ ਨਹੀਂ ਮੈਂ ਕਿਹਾ ਸਹੀਦ ਮਲਕ ਅੱਜ ਬਈ ਜਾਣਾ ਟ੍ਰੇਨ 'ਤੇ ਜੋ ਵੀ ਹੋ ਜੇ ਮੇਰੇ ਦਿਲ 'ਚ ਜਨਾਬ ਇੱਕ ਆ ਗਈ ਸ਼ਰਾਰਤ ਉਹ ਮੈਂ ਜਨਾਬ ਪਾਤਾ ਰੋਆ ਮੈਂ ਕਿਹਾ ਜੀ ਉਹ ਟ੍ਰੇਨ ਦੇ ਡੱਬੇ 'ਚ ਸੱਪ ਹੀ ਹੋਏ ਸੱਪ ਹੀ ਹੋਏ ਸੱਪ ਹੀ ਹੋ ਅਤੇ ਉੱਥੇ ਤਾਂ ਜਨਾਬ ਮੱਚ ਗਈ ਭਗਤੜ ਜਨਾਬ ਬੱਚੇ ਇੱਧਰ ਨੂੰ ਬੀਬੀਆਂ ਇੱਧਰ ਨੂੰ ਅਤੇ ਮਰਦ ਇੱਧਰ ਨੂੰ ਜਿੱਧਰ ਜਿਹੜੇ ਰਾਹ ਲੱਭਾ ਨਿਕਲ ਨਿਕਲ ਗਏ ਉਹ ਮੈਂ ਜਨਾਬ ਇੰਜ ਕੀਤਾ ਡੱਬਾ ਹੋ ਗਿਆ ਹਾਲੀ ਅਤੇ ਡੱਬੇ ਚੜ੍ਹ ਕੇ ਆਰਾਮ ਨਾਲ ਬੈਗ ਰੱਖੇ ਉੱਥੇ ਅਤੇ ਭਰਤ ਚੜ੍ਹ ਕੇ ਨਾ ਸਕੂਨ ਨਾਲ ਸਹਿ ਗਿਆ ਜਨਾਬ ਉਹ ਮੈਂ ਚੁੱਕੇ ਥੱਕੇ ਹੋਈ ਚਾਰ ਪੰਜ ਘੰਟੇ ਬਾਅਦ ਮੈਨੂੰ ਯਾਦ ਆਈ ਮੈਂ ਇੱਕ ਬੰਦੇ ਨੂੰ ਪੁੱਛਿਆ ਮੈਂ ਕਿਹਾ ਭਾਅ ਜੀ ਗੁਜਰਾਤ ਆ ਗਿਆ ਉਹਨੇ ਕਿਹਾ ਨਹੀਂ ਜਨਾਬ ਇਹ ਡੱਬੇ 'ਚ ਸੱਪ ਨਿਕਲ ਆਏ ਅਤੇ ਇਹ ਇੱਥੇ ਹੀ ਰਹਿ ਗਿਆ ਸੀ ਕੱਟਿਆ ਗਿਆ ਸੀ ਡੱਬਾ ਮੈਂ ਕਿਹਾ ਉਹ ਜਨਾਬ ਇਹ ਤਾਂ ਬੜਾ ਮਾੜਾ ਕੰਮ ਹੋਇਆ ਮੈਂ ਹੈਰ ਜਨਾਬ ਉੱਥੋਂ ਨਿਕਲਿਆ ਮੈਂ ਕਿਹਾ ਚਲੋ ਚੱਲਦੇ ਹਾਂ ਲਾਰੀ ਅੱਡੇ ਅਤੇ ਲਾਰੀ ਅੱਡੇ ਕੀ ਹੋਇਆ ਉਹ ਤੁਹਾਨੂੰ ਮੈਂ ਸੁਣਾਉਂਦਾ ਬਾਅਦ 'ਚ ਪਹਿਲਾਂ ਤੁਹਾਨੂੰ ਦੱਸਣਾ ਉੱਥੋਂ ਮੈਂ ਜਨਾਬ ਨਿਕਲਿਆ ਅਤੇ ਅੱਗੇ ਖਲੋਤੀ ਆਪਣੀ ਪੰਜਾਬ ਪੁਲਿਸ ਉਹਨਾਂ ਮੈਨੂੰ ਕਿਹਾ ਉਹ ਜਵਾਨਾ ਇੱਧਰ ਆ ਹਾਂ ਭਾਈ ਕਿੱਧਰ ਤਲਾਸ਼ੀ ਦੇ ਉਹ ਮੈਂ ਕਿਹਾ ਜਨਾਬ ਹੈ ਅਤੇ ਮੈਂ ਲੈ ਕੇ ਆਇਆ ਭਾਈ ਦਾ ਸਮਾਨ ਦੋਵੇਂ ਬੈਗ ਨੇ ਉਹਨਾਂ ਕਿਹਾ ਓਏ ਇੱਧਰ ਆ ਚਰਸ ਵੀ ਨਾ ਮੈਂ ਕਿਹਾ ਨਹੀਂ ਜਨਾਬ ਮੈਂ ਤਾਂ ਬੜਾ ਸ਼ਰੀਫ ਆਦਮੀ ਜੇ ਉਹਨਾਂ ਦੋ ਕੰਨਾਂ ਮੁੰਡ ਮਾਰੀ ਆ ਉਹਨੇ ਕਿਹਾ ਚਰਸ ਵੀ ਤਾਂ ਹੀ ਸਾਡੀ ਨਹੀਂ ਵਿਕਦਾ ਉਹ ਮੈਂ ਕਿਹਾ ਜਨਾਬ ਮਾਫ਼ੀ ਦਿਓ ਉਹਨਾਂ ਫਿਰ ਜਨਾਬ ਕਿਹਾ ਓਏ ਇੱਧਰ ਆ
ਤੂੰ ਸਾਨੂੰ ਦਿਲ 'ਚ ਗਾਲਾਂ ਕੱਢੀਆਂ ਨੇ। ਉਹ ਮੈਂ ਕਿਹਾ ਜਨਾਬ ਮੈਂ ਕਿਤੋਂ ਕਰਨੀਆਂ ਨੇ, ਫਿਰ ਦੋ ਕੰਨਾਂ ਮੁੰਡ ਮਾਰੀਆਂ ਜਨਾਬ। ਉਹਨਾਂ ਕਹਿ ਸਾਰੀ ਦੁਨੀਆ ਗਾਲਾਂ ਕੱਢਦੀ, ਤੂੰ ਇਹ ਨਹੀਂ ਕੱਢਦਾ। ਉਹ ਹੈ ਮੈਂ ਜਨਾਬ ਤਲਾਸ਼ੀ ਤਲੁਸ਼ੀ ਦੇ ਕੇ ਤਾਂ ਉੱਥੋਂ ਨਿਕਲਿਆ ਅਤੇ ਮੈਂ ਅੱਗੇ ਗਿਆ ਅਤੇ ਜਨਾਬ ਇੱਕ ਭਾਈ ਹੋਰੀ ਦੁੱਧ ਆਵੇ ਦੁੱਧ ਦੀ ਦੁਕਾਨ 'ਤੇ। ਮੈਂ ਉਹਨੂੰ ਕਹਿੰਦੇ ਨੇ ਉਹ ਜਵਾਨਾਂ ਗੱਲ ਸੁਣ, ਉਹ ਬੜੀ ਮਾਰ ਖਾ ਕੇ ਆਇਆ ਅਤੇ ਇਹ ਦੁੱਧ ਪੀ ਲੈ। ਉਹ ਮੈਂ ਜਨਾਬ ਚੁੱਕਿਆ ਦੁੱਧ ਦਾ ਪਿਆਲਾ ਅਤੇ ਮੈਂ ਗੜਗੜ ਕੇ ਪੀ ਗਿਆ ਜਨਾਬ ਦੁੱਧ ਦਾ ਪਿਆਲਾ ਪਿੱਤਾ। ਅਤੇ ਮੈਂ ਕਿਹਾ ਭਾਅ ਜੀ ਮਿਹਰਬਾਨੀ। ਉਹ ਕਹਿੰਦੀ ਮਿਹਰਬਾਨੀ ਕਾਹਦੀ ਜਨਾਬ, ਕੁੱਤਾ ਮੂੰਹ ਮਾਰ ਗਿਆ ਸੀ, ਉਹਦੀ ਵੀ ਰੋੜ ਨਹੀਂ ਸੀ। ਉਹ ਮੈਂ ਜਨਾਬ ਹੈਰ ਮੈਨੂੰ ਜੂੰ ਹੀ ਉਹਨਾਂ ਦੱਸਿਆ ਅਤੇ ਮੈਨੂੰ ਤਾਂ ਉਹ ਕੀ ਗੜਬੜ, ਮੈਨੂੰ ਹੋ ਗਈ ਹਾਜ਼ਰ। ਅਤੇ ਮੈਂ ਜਨਾਬ ਗਿਆ ਬਾਥਰੂਮ। ਉਹ ਜੂੰ ਹੀ ਮੈਂ ਜਾ ਕੇ ਇੰਜ ਕਰਕੇ ਬੈਠਾ ਹਾਂ ਜੀ ਬਾਥਰੂਮ 'ਚ, ਅਤੇ ਸਾਹਮਣੇ ਨਜ਼ਰ ਪਈ ਤਾਂ ਲੈ ਆ ਜੀ ਪਿੱਛੇ ਵੇਖੋ, ਇਹ ਇੰਜ ਕਰਕੇ ਪਿੱਛੇ ਵੇਖਿਆ ਅਤੇ ਲਿਖਿਆ ਸੀ ਸੱਜੇ ਵੇਖੋ, ਇੰਜ ਸੱਜੇ ਵੇਖਿਆ ਅਤੇ ਲਿਖਿਆ ਖੱਬੇ ਵੇਖੋ, ਖੱਬੇ ਵੇਖਿਆ ਅਤੇ ਲਿਖਿਆ ਉੱਤੇ ਵੇਖੋ। ਫਿਰ ਜਨਾਬ ਮੈਂ ਇਹ ਇੰਜ ਕਰਕੇ ਉੱਤੇ ਵੇਖਿਆ, ਉੱਤੇ ਲਿਖਿਆ ਸੀ ਉਹ ਮਾਮਾ ਉਹ ਇੱਧਰ ਉੱਧਰ ਕੀ ਵੇਨਾ, ਜਿਹੜੇ ਕੰਮ ਆਇਆ ਕਰਦਾ ਕਿਉਂ ਨਹੀਂ। ਉਹ ਜਨਾਬ ਹੈਰ ਉੱਥੋਂ ਮੈਂ ਹੋਇਆ ਫਾਰਗ ਅਤੇ ਮੈਂ ਕਿਹਾ ਚੱਲ ਬਈ ਜਵਾਨਾ ਚੱਲਦੇ ਹਾਂ ਲਾਰੀ ਅੱਡੇ। ਅਤੇ ਮੈਂ ਜਨਾਬ ਬੜਾ ਔਖਾ ਹੋ ਕੇ ਪਹੁੰਚਿਆ ਜੀ ਇੱਥੇ, ਅਤੇ ਲਾਰੀ ਅੱਡੇ ਮੇਰੇ ਨਾਲ ਕੀ ਹੋਇਆ ਇਹ ਜਨਾਬ ਮੈਂ ਤੁਹਾਨੂੰ ਦੱਸਾਂਗਾ ਅਗਲੀ ਵੀਡੀਓ 'ਚ। ਇਹ ਤੁਸੀਂ ਜਨਾਬ ਸਾਡੀ ਵੀਡੀਓ ਜ਼ਰੂਰ ਵੇਖਣਾ, ਇਹਨੂੰ ਲਾਈਕ ਅਤੇ ਸ਼ੇਅਰ ਕਰਨਾ, ਅਤੇ ਨਾਲ ਹੀ ਸਾਡੇ ਜਨਾਬ ਪਟਾਕਾ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਔਰ ਘੰਟੀ ਦਾ ਬਟਨ ਜ਼ਰੂਰ ਨਹੀਂ ਦਬਾਉਣਾ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਅਤੇ ਲਓ ਜਨਾਬ ਅਗਲੀ ਵੀਡੀਓ ਤੁਹਾਨੂੰ ਮੈਂ ਕੱਲ੍ਹ ਦੱਸਾਂਗਾ ਕਿ ਲਾਰੀ ਅੱਡੇ ਮੇਰੇ ਨਾਲ ਕੀ ਵਾਕਿਆ ਹੋਇਆ ਅਤੇ ਮੈਂ ਕਿਸ ਤਰ੍ਹਾਂ ਪਹੁੰਚਿਆ ਅਤੇ ਮੇਰੇ ਨਾਲ ਕੀ ਜਾਤੀ ਅਤੇ ਕਿਵੇਂ ਮੇਰੀ ਹੋਈ ਬਿਸਤੀ, ਇਹ ਜਨਾਬ ਮੈਂ ਤੁਹਾਨੂੰ ਦੱਸਾਂਗਾ ਕੱਲ੍ਹ। ਅਤੇ ਕੱਲ੍ਹ ਤੱਕ ਜਨਾਬ ਮੈਨੂੰ ਦਿਓ ਇਜਾਜ਼ਤ ਅਤੇ ਆਪਣਾ ਜਨਾਬ ਬਹੁਤ ਸਾਰਾ ਖਿਆਲ ਰੱਖਣਾ, ਅਤੇ ਸਈਦ ਮਲਿਕ ਅੱਜ ਤੁਹਾਨੂੰ ਚਾਹੇਗਾ ਇਜਾਜ਼ਤ, ਮੈਂ ਬੜਾ ਥੱਕ ਗਿਆ ਜੇ। ਲਓ ਫਿਰ ਕੱਲ੍ਹ ਜਨਾਬ ਹੁੰਦੀ ਹੈ ਗੱਲਬਾਤ। ਅੱਲਾ ਹਾਫਿਜ਼, ਅਸਲਾਮ ਵਾਲੇਕੁਮ।